ਤੁਸੀਂ ਵੇਖ ਰਹੇ ਜੋ ਕਾੜਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਵੀ ਰਾਏ ਸਾਕਬ ਅਲੀ। ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਦੀ ਘੰਟੀ ਨੂੰ ਦਬਾਓ ਕਿਉਂਕਿ ਸਾਡੀ ਨਵੀਂ ਵੀਡੀਓ ਆਉਣ ਵਾਲੀ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚੇ ਪਾਸ ਹਨ। ਅਸੀਂ ਅੱਜ ਆਪਣੀ ਗਾਓ ਚੱਕ ਨੰਬਰ 43 ਫਿਰਿਆ ਤਹਿਸੀਲ ਵਾਜੀ ਲਾਓ ਕਾੜਾ ਦੇ ਗਾਓ ਜੀ ਵੇਖੀ ਹਾਂ ਤੇ ਸਾਡੇ ਮਾਰ ਸਾਹਿਬ ਨੇ ਉਹਨਾਂ ਨੇ ਬੜਾ ਸ਼ੌਂਕ ਕੀਤਾ ਹੈ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਵਹਾਵਾਂਗੇ ਤੇ ਨਾਲੇ ਉਹਦੇ ਨਾਲ ਗੱਲਾਂ ਕਰਨੇ ਆ ਤੇ ਬਾਅਦ 'ਚ ਜਾਨਵਰ ਵੀ ਵਹਾਉਣੇ ਆ। ਜੀ ਹਾਂ ਜੀ, ਇੱਧਰ ਕਰੋ। ਅਸਲਾਮੁ ਅਲੈਕੁਮ ਮਾਰ ਸਾਹਿਬ। ਮਾਰ ਅਲੀ ਰਜ਼ਾ ਜੀ, ਮਾਸ਼ਾਅੱਲਾ ਮਾਰ ਅਲੀ ਰਜ਼ਾ ਨੇ ਜੀ, ਇਹਨਾਂ ਨੇ ਬੜਾ ਜਾਨਵਰਾਂ ਦਾ ਸ਼ੌਕ ਕੀਤਾ ਹੈ। ਮਾਰ ਸਾਹਿਬ ਸਾਰੇ ਆਪਣੇ ਜਾਨਵਰ ਜੀ ਜੀ ਮਾਸ਼ਾਅੱਲਾ ਜੀ ਤੇ ਬੜਾ ਦੇਖੋ ਜਰਾ ਨਜ਼ਰ ਮਾਰੋ। ਹਾਂ ਜੀ, ਚੈੱਕ ਕਰਾਓ ਜੀ ਕੈਮਰਾਮੈਨ ਸਾਹਿਬ ਸਾਰੇ। ਅੱਛਾ ਨਾਲ ਹੈ ਝੋਟੀਆਂ ਨੇ ਕੱਟੀਆਂ ਤੇ ਤਿਆਰ ਮੱਝਾਂ ਮਾਸ਼ਾਅੱਲਾ ਤਿਆਰ ਮੱਝਾਂ ਬੇਟਾ ਆਸਤੇ ਆਸਤੇ ਸਾਰਾ ਕੈਮਰਾਮੈਨ ਸਾਹਿਬ ਆ ਰਿਹਾ ਤੇ ਮਾਸ਼ਾਅੱਲਾ ਬੜਾ ਪਿੰਡਾਂ ਦੇ ਵਿੱਚ ਵੀ ਜਿਹੜਾ ਲੋਕ ਹੈ ਨਾ ਬੜਾ ਸ਼ੌਕ ਕੀਤਾ ਹੋਇਆ ਜਾਨਵਰਾਂ ਦਾ, ਜ਼ਿਆਦਾ ਵੀ ਨਾ ਫਿਰ ਵੀਡੀਓ ਬਹੁਤ ਵੱਡੀ ਹੋ ਜਾਂਦੀ। ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਵਹਾ ਰਿਹਾ ਹੈ। ਖੜਾ ਹੋ, ਕੁੱਲੀ ਦੇ ਵਿੱਚ ਖੜਾ ਹੋ ਜਾ, ਸਾਰੇ ਜਾਨਵਰ ਲੰਮੀਆਂ ਉੱਤੇ ਖੜਾ ਹੋ ਜਾ। ਮੱਝਾਂ ਤੋਂ ਨਹੀਂ ਡਰ। ਇਹ ਸਾਡੇ ਬੜੇ ਪਿਆਰੇ ਵੀਰ ਮਾਰ ਅਲੀ ਰਜ਼ਾ ਸਾਹਿਬ ਨੇ, ਉਹਨਾਂ ਨੇ ਬੜਾ ਜਾਨਵਰਾਂ ਦਾ ਮਾਸ਼ਾਅੱਲਾ ਡੇਅਰੀ ਫਾਰਮ ਵੀ ਬਣਾਇਆ ਹੋਇਆ ਹੈ ਅਤੇ ਇੱਥੇ ਅਸੀਂ ਆਏ ਸੀ, ਉਹਨਾਂ ਨੇ ਗਾਏ ਇੱਕ ਸੇਲ ਕਰਨੀ ਸੀ, ਉਹਦੀ ਵੀਡੀਓ ਬਣਾਉਣੀ ਸੀ ਅਤੇ ਪਰ ਨਾ ਸਾਡੇ ਆਉਣ ਤੋਂ ਪਹਿਲੇ ਇਹਨਾਂ ਨੇ ਜਿਹੜਾ ਨਾ ਜਾਨਵਰ ਸੇਲ ਕਰ ਰਿਹਾ। ਮਾਸ਼ਾਅੱਲਾ ਸਾਰਾ ਸਿਸਟਮ ਜਿਹੜਾ ਨਾ ਬਹੁਤ ਪਿਆਰਾ ਹੈ ਅਤੇ ਇਹਨਾਂ ਦਾ ਉਸ ਤੋਂ ਬਾਅਦ ਦੁੱਧ ਵੀ ਲੈ ਕੇ ਜਾਈਦਾ, ਇਹ ਨਾਲ ਗਾਓ ਆ ਜਾਂਦਾ ਜੀ। ਇਹ ਸਾਰਾ ਸਿਸਟਮ, ਜਾਨਵਰ ਬੜੇ ਆਲਾ ਆਲਾ ਨਸਲ ਦੇ ਰੱਖੇ ਹੋਏ ਨੇ ਅਤੇ ਇਹ ਮਾਰ ਸਾਹਿਬ ਜਿਹੜੀ ਗਾਂ ਖੜੋਤੀ ਉਹ ਫਰੀਦੀਆਂ ਨੇ, ਫਰੀਦੀਆਂ ਨਹੀਂ ਹੈ, ਵਲੈਤਨ ਫਰੀਦੀਆਂ ਕ੍ਰਾਸ ਦੇ ਵਿੱਚ। ਅੱਛਾ, ਇਹ ਤੁਸੀਂ ਜ਼ਿਆਦਾ ਮੇਰੇ ਖਿਆਲ 'ਚ ਮੱਝਾਂ ਨੂੰ ਜ਼ਿਆਦਾ ਜਿਹੜਾ ਨਾ ਹੈ ਨਾ ਗਾਵਾਂ ਘੱਟ ਰੱਖਦੇ ਜੀ। ਸਾਡੇ ਇਹ ਹੁੰਦਾ ਵੀ ਇੱਥੇ ਲੋਕ ਐਡਾ ਗਾਵਾਂ ਦਾ ਦੁੱਧ ਨਹੀਂ ਪਸੰਦ ਕਰਦੇ, ਜਿਹਦੀ ਵਜ੍ਹਾ ਤੋਂ ਜ਼ਿਆਦਾ ਨਾ ਮੱਝਾਂ ਦਾ ਸ਼ੌਂਕ ਕਰਦੇ ਨੇ ਅਤੇ ਇਹ ਮਾਰ ਸਾਹਿਬ ਪਹਿਲਾਂ ਝੋਟੀ ਸੂਈ ਜਿਹੜੀ ਆ ਉਹ ਖੜੋਤੀ ਆ ਜਿਹੜੀ, ਹਾਂ ਮਾਸ਼ਾਅੱਲਾ ਬੜੀ ਪਿਆਰੀ ਝੋਟੀ ਹੈ ਅਤੇ ਅੱਛਾ ਕੈਮਰੇ ਤੋਂ ਥੋੜ੍ਹੇ ਜਿਹੇ ਜਾਨਵਰ ਜਿਹੜੇ ਨੇ ਨਾ ਘਾਬਰਦੇ ਵੀ ਨੇ। ਅੱਛਾ, ਇਹ ਨੀਲੀ ਦੀਆਂ ਨੇ ਪਿਓਰ। ਮਾਰ ਸਾਹਿਬ ਮਾਸ਼ਾਅੱਲਾ ਸੋਹਣਾ ਸ਼ੌਂਕ ਕੀਤਾ ਹੋਇਆ ਜੀ, ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇ। ਹੈ ਵੇਖੋ ਜੀ, ਜਿਹੜਾ ਜਾਨਵਰਾਂ ਦਾ ਸ਼ੌਂਕ ਕੋਈ ਵੀ ਮੇਰਾ ਭਰਾ ਫਾਰਮ ਬਣਾਉਂਦਾ ਹੈ, ਫਾਰਮ ਬਣਾਉਣ ਦਾ ਤਰੀਕਾਕਾਰ ਸਾਰਾ ਜਿਹੜਾ ਹੈ, ਜਾਨਵਰਾਂ ਦੀਆਂ ਆਪਦੀਆਂ ਵੰਡਾਂ ਅਤੇ ਵੇਖ ਕੇ ਬੜਾ ਦਿਲ ਖੁਸ਼ ਹੋਇਆ। ਵੇਖੋ ਜੀ, ਇਹ ਆਪਣਾ ਦਿਹਾਤਾਂ 'ਚ ਰਹਿਣ ਦਾ ਮਕਸਦ ਹੀ ਇਹ ਕਿ ਜਿਹੜਾ ਜਾਨਵਰਾਂ ਨੂੰ ਜਿਹੜਾ ਕਾਰੋਬਾਰ ਕਰਨਾ, ਵੇਖੋ ਨਾਲ ਜ਼ਿੰਮੀਦਾਰਾਂ ਵੀ ਕਰਦੇ ਨੇ, ਨਾਲ ਜਾਨਵਰ ਵੀ ਰੱਖੇ ਹੋਏ ਨੇ ਅਤੇ ਕੈਮਰਾਮੈਨ ਸਾਹਿਬ ਇੱਧਰ ਆਓ, ਮੇਰੀ ਬਣਾਓ ਮੈਂ ਬੋਲਣਾ। ਅੱਛਾ ਮਾਸ਼ਾਅੱਲਾ ਬੜਾ ਸੋਹਣਾ ਸਾਰਾ ਨਿਜ਼ਾਮ ਹੈ। ਹਾਂਜੀ ਇਮਾਰ ਸਾਹਿਬ, ਦਿਨੇ ਫਿਰ ਸਾਰੇ ਬਾਰੇ ਬਾਹਰ ਜਾਨਵਰ ਕੱਢ ਦਿੰਦੇ ਜੀ ਬਾਹਰ ਡੇਰੇ ਤੋਂ? ਵਾੜੇ 'ਚ ਹੁੰਦੇ, ਬਾਕੀ ਸਾਈਡ ਦੇ ਥੱਲੇ ਹੁੰਦੇ ਬਾਹਰ। ਅੱਛਾ, ਇਹ ਮੇਰਾ ਕੈਮਰਾਮੈਨ ਆਈ ਜਾਂਦਾ, ਕੈਮਰਾਮੈਨ ਸਾਹਿਬ ਸਲਾਮ ਕਰੋ। ਹਾਂਜੀ, ਇਹ ਹੁਣ ਵੀਡੀਓ ਬਣਾਏਗਾ ਤਾਂ ਮੈਂ ਜਿਹੜਾ ਨਾ ਇੰਟਰਵਿਊ ਲਾਵਾਂਗਾ ਮਾਰ ਸਾਹਿਬ ਦਾ। ਅੱਛਾ ਮਾਰ ਸਾਹਿਬ, ਕੀ ਤੁਸੀਂ ਇਹਦੀ ਸਰਚ ਕੱਢੀ? ਜਾਨਵਰਾਂ ਦਾ ਜਿਹੜਾ ਕੰਮ ਹੈ ਜ਼ਬਰਦਸਤ ਹੈ, ਬੜਾ ਵੀ ਆਈ ਪੀ ਕੰਮ ਹੈ ਜੀ।
ਵੀਆਈਪੀ ਕੰਮ ਹੈ। ਵੇਖੋ ਜੀ ਇਹ ਵੀ ਅਗਰ ਇਬਾਦਤ ਹੀ ਹੈ ਜੇ ਅਗਰ ਇਨਸਾਨ ਸਾਫ ਨੀਤੀ ਨਾਲ ਨੀਅਤ ਨਾਲ ਕਰੇ, ਨੀਅਤ ਨਾਲ ਕਰੇ ਹੈ। ਤੇ ਇਹਨਾਂ ਦੀ ਖੁਰਾਕ ਦਾ ਕੀ ਸਿਸਟਮ ਹੈ? ਤੁਸੀਂ ਨਾਲ ਸਬਜ਼ ਚਾਰਾ ਕੇ ਨਾਲ ਸੈਲਜ ਵੀ ਬਣਾ ਦਿੰਦੇ? ਫਿਲਹਾਲ ਤੇ ਸੈਲਜ ਦੀ ਤਿਆਰੀ ਹੀ ਅੱਲਾ ਖੈਰ ਕਰੇ। ਅੱਛਾ ਹੁਣ ਯਾਨੀ ਕਿ ਸੁਣਿਆ ਵੀ ਬੜਾ ਚੰਗਾ ਕਹਿੰਦੇ ਸ੍ਰੀ, ਸੈਲਜ ਦਾ ਵੀ ਸਿਸਟਮ ਸਹੀ ਕਿਉਂਕਿ ਮਾਸ਼ਾਅੱਲਾ ਤੁਹਾਡੇ ਕੋਲ ਰਕਬਾ ਕਾਫੀ ਤੇ ਆਪਦਾ ਜਿਹੜਾ ਸਬਜ਼ ਚਾਰਾ ਤੇ ਜਿਹੜਾ ਨਾ ਨਾਲ ਨਾਲ ਵੰਡਾ ਛੰਡਾ ਵੀ ਜੰਗਰ ਜਿਹੜੇ ਜਿਹੜੇ ਦੁੱਧ ਦਿੰਦੇ ਨੇ? ਅੱਛਾ ਤੇ ਇੱਕ ਡੰਗਰ ਨੂੰ ਕਿੰਨਾ ਕੁ ਵੰਡਾ ਪਾਉਂਦੇ ਜੀ ਕਿ ਦੁੱਧ ਦੇ ਟਾਰਗੇਟ ਦੇ ਹਿਸਾਬ ਨਾਲ ਪਾਉਂਦੇ ਜੀ? ਅਸੀਂ ਜ਼ਿਆਦਾ ਹਿਸਾਬ ਨਾਲ ਥੋੜਾ ਹੀ ਅਜੇ ਪਾਈਦਾ। ਅੱਛਾ ਜਿੰਨਾ ਵੰਡਾ ਪਾਓਗੇ ਦੁੱਧ ਜਿਹੜਾ ਨਾ ਵਧਾ। ਅੱਛਾ ਯਾਨੀ ਕਿ ਕਹਿਣ ਦਾ ਮਕਸਦ ਹੈ ਵੀ ਜਿੰਨੀ ਖੁਰਾਕ ਦਿਓਗੇ ਓਨਾ ਹੀ ਡੰਗਰ ਦੁੱਧ ਦਿੰਦਾ ਤੇ ਤੁਸੀਂ ਸਾਰਿਆਂ ਦੇ ਵੰਡ ਜਿਹੜਾ ਹਿੱਸੇ ਚ ਆਉਂਦਾ ਉਹ ਹੀ ਦੇਣਾ ਹੁੰਦਾ। ਠੀਕ ਹੋ ਗਿਆ, ਤੁਹਾਨੂੰ ਵੇਖ ਕੇ ਮਾਸ਼ਾਅੱਲਾ ਤੁਹਾਡਾ ਤੇ ਦੁੱਧ ਵੀ ਮਾਸ਼ਾਅੱਲਾ ਕੀ ਰੇਟ ਤੇ ਜਾ ਰਿਹਾ? 80 ਰੁਪਏ ਦਾ ਦੁੱਧ ਹੀ ਦੇ ਰਹੇ ਹੋਗੇ? ਹਾਂ ਬਿਲਕੁਲ। ਵੇਖੋ ਜਿਹੜਾ 80 ਰੁਪਏ ਲੈ ਰਿਹਾ ਤੇ ਅੱਗੇ ਉਹ ਵੀ 100 ਰੁਪਏ ਜਾਂ 90 ਰੁਪਏ ਸੇਲ ਕਰਦਾ ਹੋਣਾ ਮੱਝ ਦਾ ਦੁੱਧ ਦਾ ਜਿਹੜਾ ਮਾਸ਼ਾਅੱਲਾ ਕਿਆ ਬਾਤ ਹੈ। ਤੇ ਠੀਕ ਕੈਮਰਾਮੈਨ ਸਾਹਿਬ ਹਾਓ ਫਿਰ ਜਾਨਵਰ ਭਾਈ ਉਹਨਾਂ ਦਾ ਇੰਟਰਵਿਊ ਲਿਆ ਹੈ ਤੇ ਜਿਹੜੇ ਵੇਖਣ ਵਾਲੇ ਮੇਰੇ ਭਰਾ ਨੇ ਵੇਖ ਕੇ ਇਹਦੇ ਚੋਂ ਕੁਛ ਸਬਕ ਹਾਸਲ ਕਰਨੇ ਨੇ ਇਨਸ਼ਾਅੱਲਾ ਤਾਲਾ। ਤੇ ਮਾਸ਼ਾਅੱਲਾ ਬੜਾ ਪਿਆਰਾ ਸੀਨ ਹੈ ਜੀ ਇਹ, ਨਾਲ ਸਾਡਾ ਪਿੰਡ ਗਾਓਂ 43 ਥਰੀਆਰ ਆ ਜਾਂਦਾ ਹੈ, ਬਾਹਰ ਨਾਲ ਹੀ ਇਹਨਾਂ ਨੇ ਡੇਰਾ ਬਣਾਇਆ। ਤੇ ਵੇਖ ਕੇ ਜਿਹੜੇ ਨਾ ਜਾਨਵਰ ਬੜਾ, ਇਹ ਸਾਡੇ ਵੱਡੇ ਮਾਹਰ ਸਾਹਿਬ ਆ ਗਏ ਨੇ ਜਿਨ੍ਹਾਂ ਨੇ ਸਾਰਾ ਮਾਸ਼ਾਅੱਲਾ ਨਿਜ਼ਾਮ ਕੀਤਾ ਹੋਇਆ ਤੇ ਬੜਾ ਸੋਹਣਾ ਨਿਜ਼ਾਮ ਹੈ, ਸਾਰਾ ਡੇਰੀ ਫਾਰਮ ਬਣਿਆ ਹੋਇਆ। ਹਾਂਜੀ ਅੱਲਾਹ ਤਾਲਾ, ਇਹ ਵਹਾਰ ਦਾ ਮਕਸਦ ਇਹ ਹੁੰਦਾ ਕਿ ਵੀ ਜਿਹੜੇ ਸ਼ੌਂਕ ਕਰਦੇ ਨੇ ਨਾ ਬੜਾ ਅੱਲਾ ਅੱਲਾ ਸ਼ੌਂਕ ਕਰਦੇ ਨੇ ਤੇ ਕੁਛ ਜਿਹੜਾ ਨਾ ਪਾਉਣ ਲਈ ਕੁਛ ਖੋਣਾ ਵੀ ਪੈਂਦਾ, ਫਿਰ ਜਾ ਕੇ ਪੈਸਾ ਪੂਸਾ ਲਾ ਕੇ ਤੇ ਫਿਰ ਹੀ ਸਿਸਟਮ ਚੱਲਦਾ। ਤੇ ਇਨਸ਼ਾਅੱਲਾ ਤਾਲਾ ਜੇ ਕੋਈ ਭਰਾ ਸਾਡੇ ਨਾਲ ਰਾਬਤਾ ਕਰੇਗਾ ਇਨਸ਼ਾਅੱਲਾ ਉਹਨੂੰ ਫਾਰਮ ਦੇ ਮੁਤਲਕ ਵੀ ਸਾਰੀ ਡਿਟੇਲ ਦੱਸਾਂਗੇ ਵੀ ਕੀ ਕਿਸ ਤਰ੍ਹਾਂ ਸਾਰਾ ਇਹ ਵਿੱਚ ਇਹਨਾਂ ਨੇ ਜਿਹੜਾ ਨਾ ਮਾਸ਼ਾਅੱਲਾ ਬੜੀ ਤਗੜੀ ਫਰੀਜੀਅਨ ਗਾਂ ਵੀ ਰੱਖੀ ਕਹਿੰਦੇ ਨੇ, ਬੜੀ ਆਲਾ ਹੈ। ਇਹ ਵੀ ਤੁਹਾਨੂੰ ਵਿਖਾ ਰਹੇ ਹੈ, ਇਹ ਤਾਂ ਦੇਸੀ ਕਰਾਸ ਆ ਜਾਂਦੀ, ਇਹ ਫਰੀਜੀਅਨ ਗਾਏ। ਠੀਕ ਹੋ ਗਿਆ ਮਾਰ ਸਾਹਿਬ, ਹੁਣ ਇਜਾਜ਼ਤ ਦਿਓ। ਮਾਸ਼ਾਅੱਲਾ ਪੁਲ ਵਾਕਈ ਮਾਸ਼ਾਅੱਲਾ ਵਾਕਈ ਤੁਹਾਡੇ ਮਾਸ਼ਾਅੱਲਾ ਵਾਕਈ ਤੁਹਾਡੇ ਭਲਵਾਨਾਂ ਵਾਲੇ ਕੰਮ ਨੇ ਤੇ ਸ਼ੌਂਕ ਬੜੇ ਨਵਾਬ ਨੇ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਹੈ। ਇਸ ਦੇ ਨਾਲ ਹੀ ਉਕਾੜਾ ਐਨੀਮਲ ਟੀਵੀ ਦੀ ਟੀਮ ਨੂੰ ਇਜਾਜ਼ਤ ਦਿਓ ਤੇ ਵੇਖੋ ਤੁਹਾਨੂੰ ਵੇਖ ਕੇ ਇਨਸ਼ਾਅੱਲਾ ਤਾਲਾ ਨਾ ਕੋਈ ਸਬਕ ਹੀ ਮਿਲੇਗਾ ਕਿ ਵਾਕਈ ਜਿਹੜਾ ਸਿਸਟਮ ਬਣਾਇਆ ਹੋਇਆ ਪਿੰਡਾਂ 'ਚ ਰਹਿਣ ਬਹਿਣ ਦਾ ਲੋਕਾਂ ਨੇ ਬੜਾ ਅੱਛਾ ਜਿਹੜਾ ਸਾਰਾ ਚੱਲ ਰਿਹਾ ਹੈ। ਤੇ ਇਸ ਦੇ ਨਾਲ ਹੀ ਇਜਾਜ਼ਤ ਦਿਓ ਆਪਣੇ ਭਾਈ ਰਾਏ ਸਾਕਬ।